ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਮੈਂ, ਪਿਤਾ ਜੀ ਨੂੰ, ਸਿਕੰਦਰ ਜੀ ਨੂੰ, ਅਰੋੜਾ ਜੀ ਨੂੰ, ਸਾਰਿਆਂ ਨੇ ਜਿਹੜਾ ਉਪਰਾਲਾ ਕੀਤਾ ਕਿ ਨੌਜਵਾਨਾਂ ਨੂੰ ਸਿਹਤ ਬਣਾਉਣ ਦੇ ਪਾਸੇ ਲੈ ਕੇ ਜਾ ਰਹੇ ਨੇ, ਇਨਕਰੇਜਮੈਂਟ ਹੋਏਗੀ ਖਾਸ ਕਰਕੇ ਸਲੰਮ ਕਾਲੋਨੀਜ਼ ਦੇ ਵਿੱਚ। ਤੇ ਮੈਨੂੰ ਫਕਰ ਹੈ ਕਿ ਸਾਡੇ ਪਟਿਆਲੇ ਦੇ ਵਿੱਚ ਇਹੋ ਜਿਹੇ ਉਪਰਾਲੇ ਹੋ ਰਹੇ ਨੇ, ਇਹਦੇ ਨਾਲ ਨਸ਼ੇ ਵੀ ਦੂਰ ਹੋਣਗੇ। ਦੇਖੋ ਇਹੋ ਜਿਹੀਆਂ ਗੱਲਾਂ ਵੈਸੇ ਹੋਣੀਆਂ ਨਹੀਂ ਚਾਹੀਦੀਆਂ, ਸਭ ਦਾ ਹੱਕ ਹੈ ਆਪਣਾ ਆਪਣਾ ਪੱਖ ਰੱਖਣ। ਇਹ ਆਪਸ ਦੇ ਵਿੱਚ ਜੋ ਵੀ ਹੋ ਰਿਹਾ ਠੀਕ ਨਹੀਂ ਹੋ ਰਿਹਾ, ਸੋ ਇਸ ਗੱਲ ਦੀ ਤਾਂ ਮੈਂ ਨਿੰਦਾ ਕਰੂੰਗੀ। ਆਸ ਰੱਖਦੀ ਹੈ ਕਿ ਸਭ ਦਾ ਹੱਕ ਹੈਗਾ, ਸਭ ਨੂੰ ਆਪਣਾ ਪੱਖ ਰੱਖਣ, ਔਰ ਜਿਹੜੀ ਜਨਤਾ ਹੈ ਉਹ ਆਪਣਾ ਵੋਟ ਦੇ ਕੇ ਉਹਨਾਂ ਨੂੰ ਚੁਣਨ। ਪ੍ਰਧਾਨ ਵੱਲੋਂ ਇੱਕ ਨਿੰਦਕ ਬਿਆਨ ਦਿੱਤਾ ਗਿਆ ਕਿ ਜਿਹੜੇ ਵੀ ਸਿੱਖ ਨੇ ਉਹ ਪਾਰਟੀਆਂ ਬਦਲ ਬਦਲ ਕੇ ਬੀਜੇਪੀ ਜੁਆਇਨ ਕਰ ਰਹੇ ਨੇ। ਦੇਖੋ SGPC ਦੇ ਪ੍ਰਧਾਨ ਧਾਮੀ ਜੀ ਸਾਡੇ ਸਿੱਖ ਕੌਮ ਦੇ ਹੈੱਡ ਨੇ, ਧਾਰਮਿਕ ਹੈੱਡ ਨੇ, ਔਰ ਮੇਰੇ ਖਿਆਲ 'ਚ ਕੋਈ ਧਾਰਮਿਕ ਹੈੱਡ ਨੂੰ ਧਰਮ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਸਿਆਸੀ। ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਪਟਿਆਲੇ ਦੇ ਵਿੱਚ? ਬਹੁਤ ਵਧੀਆ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਮੋਦੀ ਜੀ ਨੇ, ਅਸੀਂ 2% ਹੈ ਸਿੱਖ ਦੇਸ਼ ਦੇ ਵਿੱਚ, ਸਾਡੇ ਲਈ ਸਾਡਾ ਸਿਰ ਬਹੁਤ ਉੱਚਾ ਕੀਤਾ ਹੈ। ਅਸੀਂ ਜਾ ਕੇ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਦੇ ਹਾਂ, ਸਾਡੇ 2 ਸਾਹਿਬਜ਼ਾਦੇ, ਸਾਡਾ ਜਿਹੜਾ ਇਤਿਹਾਸ ਹੈ, ਜਿਹੜਾ ਉਹਨਾਂ ਨੇ ਸ਼ਹਾਦਤ ਦਿੱਤੀ, ਉਹ ਕੋਣੇ ਕੋਣੇ ਦੇਸ਼ ਦੇ ਵਿੱਚ ਸਾਡੀ ਹਿਸਟਰੀ, ਸਾਡਾ ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਨਮਾਨ ਔਰ ਪੂਰੇ ਦੇਸ਼ 'ਚ ਉਹਨਾਂ ਨੇ ਕਰਵਾਇਆ, ਉਹਦਾ ਮੈਂ ਉਹਨਾਂ ਨੂੰ ਧੰਨਵਾਦ ਕਰਦੀ ਹਾਂ। ਧਰਮਵੀਰ ਗਾਂਧੀ ਵੱਲੋਂ ਬਿਆਨ ਦਿੱਤਾ ਜਾ ਰਿਹਾ ਕਿ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਵੀ ਕੋਈ ਕੰਮ ਨਹੀਂ ਕਰਾਇਆ ਗਿਆ ਪਟਿਆਲੇ ਦੇ ਵਿੱਚ। ਤਾਂ ਮੈਂ 4 ਵਾਰੀ ਮੈਂਬਰ ਪਾਰਲੀਮੈਂਟ ਨਾ ਬਣਦੀ ਜੇ ਮੈਨੇ ਕੰਮ ਨਹੀਂ ਕੀਤਾ ਹੁੰਦਾ। ਅਸੀਂ ਜੋਰ ਪੰਜਾਬ ਦਾ ਹੋਰ ਅਟੈਂਪਟ ਵਿੱਚ ਪਹੁੰਚੇ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹੋਏ ਆ ਖੇਡਾਂ ਵਿੱਚ ਹਿੱਸਾ ਲੈਂਦੇ ਹੋਏ, ਤੇ ਮੈਂ 66 ਵੇਟ ਕੈਟਾਗਰੀ ਦੇ ਵਿੱਚ 125 ਕਿਲੋ ਡੈਡਲਿਫਟ ਲਈ ਹੈ, ਮੈਨੂੰ ਆਪਣੇ ਆਪ 'ਚ ਬਹੁਤ ਮਾਣ ਮਹਿਸੂਸ ਹੋ ਰਿਹਾ। ਮੈਨੂੰ 1 ਸਾਲ ਹੋ ਗਿਆ, ਪਹਿਲਾਂ ਇਸ ਤੋਂ ਪਹਿਲਾਂ ਮੈਂ ਸਟੇਟ ਲੈਵਲ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀਗਾ, ਇਸ ਅਟੈਂਪਟ ਤੇ ਆ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ, ਬਹੁਤ ਖੁਸ਼ੀ ਮਹਿਸੂਸ ਹੋਈ। ਉਤਸ਼ਾਹਿਤ ਕੀਤਾ ਗਿਆ ਹੈ ਇਸ ਪਾਰਟਿਸਪੇਟ ਵਿੱਚ ਹਿੱਸਾ ਲੈਣ ਲਈ। ਹਾਂਜੀ, ਮੈਂ ਸਟੇਟ ਲੈਵਲ ਖੇਡੀ ਸੀਗੀ ਬਠਿੰਡਾ ਦੇ ਵਿੱਚ, ਤੇ ਉਦੋਂ ਵੀ ਮੈਨੂੰ ਉਹਨਾਂ ਵੱਲੋਂ ਹੀ ਤਿਆਰ ਕੀਤਾ ਗਿਆ ਸੀਗਾ, ਤੇ ਹੁਣ ਵੀ ਉਹਨਾਂ ਨੇ ਮੈਨੂੰ ਭੇਜਿਆ ਗਿਆ ਜੀ। ਉਹਦੇ ਵਿੱਚ ਮੇਰਾ ਫਸਟ ਸੀਗਾ, ਗੋਲਡ ਮੈਡਲ ਆਇਆ ਸੀ ਜੀ। ਉਦੋਂ ਮੈਂ ਵੇਟ ਲਾਇਆ ਸੀਗਾ 110 ਕਿਲੋ, ਅੱਜ ਮੈਂ 115 ਤੋਂ ਸਟਾਰਟ ਕੀਤਾ ਹੈ। ਅਸੀਂ ਪਟਿਆਲੇ ਦੇ ਰਹਿਣ ਵਾਲੇ ਹਾਂ ਜੀ। ਹਾਂਜੀ, ਮੇਰੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਆ, ਆਪਣਾ ਬਿਜ਼ਨਸ ਚਲਾਉਂਦਾ, ਮੇਰੀ ਮੰਮੀ ਹਾਊਸ ਵਾਈਫ ਨੇ।